ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੋਲੇ ਦੀ ਕਮੀ ਨਾਲ ਆਇਆ ਬਿਜਲੀ ਸੰਕਟ 20 ਰੁਪਏ ਜੁੰਟ ਤੱਕ ਪੌਂਸੇ ਰੇਟ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੇਸ਼ ਭਰ ਦੇ ਵਿੱਚ ਕੋਲੇ ਦੀ ਕਮੀ ਦੇ ਨਾਲ ਇਸ ਵਕਤ ਦੇਸ਼ ਜਿ ਰਹਾ ਹੈ ਦੇਸ਼ ਭਰ ਦੇ ਵਿੱਚ ਕੋਲੇ ਦੀ ਕਮੀ ਦੇ ਕਾਰਨ ਉਪਜਾ ਬਿਜਲੀ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਹੈ ਬੀਤੀ ਸ਼ਾਮ ਬਿਜਲੀ ਐਕਸਚੇਂਜ ਦੀ ਖੁੱਲੀ ਖਰੀਦੀ ਜਾਣ ਵਾਲੀ ਬਿਜਲੀ ਦਾ ਭਾਅ 20 ਰੁਪਏ ਪ੍ਰਤੀ ਜੁਨਟ ਤੱਕ ਪਹੁੰਚ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਵਰ ਕਾਮ ਨੇ 11675 ਮੈਗਾਵਾਟ ਬਿਜਲੀ ਖਰੀਦ ਕੀਤੀ ਹੈ ਜੇ ਔਸਤ 13 ਰੁਪਏ 8 ਪੈਸੇ ਪ੍ਰਤੀ ਜੁਨਟ ਦੀ ਦਰ ਦੇ ਨਾਲ ਖਰੀਦੀ ਗਈ ਹੈ ਜਦੋਂ ਕਿ ਪਾਵਰ ਕਾਮ ਦੇ CMD AV ਨੂੰ ਪ੍ਰਸ਼ਾਦ ਨੇ ਦੱਸਿਆ ਕਿ ਪਾਵਰਕਾਮ ਦੇ ਲਈ 1059.67 ਮੈਗਾਵਾਟ ਬਿਜਲੀ 14.4 ਪੈਸੇ ਪ੍ਰਤੀ ਜੁੰਟ ਦੀ ਦਰ ਨਾਲ ਖਰੀਦਣ ਦੀ ਪ੍ਰਵਾਨਗੀ ਮਿਲ ਗਈ ਇਸ ਦੌਰਾਨ ਬੀਤੀ ਸ਼ਾਮ ਐਕਸਚੇਂਜ ਦੇ ਬਿਜਲੀ ਰੇਟ 20 ਰੁਪਏ ਪ੍ਰਤੀ ਜੁੰਟ ਤੱਕ ਹੋ ਗਿਆ ਹਾਲਾਂਕਿ ਪਾਵਰਕਾਮ ਨੇ ਬੀਤੀ ਸ਼ਾਮ 4:30 ਵਜੇ ਤੱਕ ਇਹ ਬਿਜਲੀ ਖਰੀਦ ਕੀਤੀ ਇਸ ਦੌਰਾਨ ਪੰਜਾਬ ਚ ਥਰਮਲ ਪਲਾਂਟਾਂ ਦੇ ਲਈ ਕੋਲਾ ਸੰਕਟ ਗੰਭੀਰ ਹੋ ਗਿਆ ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ਚ ਤਿੰਨ ਦਿਨਾਂ ਤੋਂ ਘੱਟ ਦਾ ਕੋਲਾ ਬਚਿਆ ਜਦੋਂ ਕਿ ਗੋਇੰਦਵਾਲ ਸਾਹਿਬ ਵਿੱਚ 2000 ਟਨ ਕੋਲਾ ਬਚਿਆ ਹੋਇਆ ਹੈ ਸਰਕਾਰੀ ਖੇਤਰ ਦੇ ਰੂਪੜ ਅਤੇ ਲਹਿਰਾ ਮੁਹੱਬਤ ਪਲਾਂਟ ਦੇ ਵਿੱਚ 10-10 ਦਿਨ ਦਾ ਕੋਲਾ ਬਾਕੀ ਇਸ ਵੇਲੇ ਰਾਜਪੁਰਾ ਪਲਾਂਟ ਅਤੇ ਤਲਵੰਡੀ ਸਾਬੋ ਪੂਰੀ ਤਰ੍ਹਾਂ ਸਮਰੱਥਾ ਤੇ ਚੱਲ ਰਹੇ ਹਨ ਜਦ ਕਿ ਰੂਪੜ ਦਾ ਇੱਕ ਪਲਾਂਟ ਚੱਲ ਰਿਹਾ ਹੈ ਲਹਿਰਾ ਮੁਹੱਬਤ ਦੇ 3 ਜੁਨਟ ਇਸ ਵੇਲੇ ਬਿਜਲੀ ਪੈਦਾਵਾਰ ਵਿੱਚ ਲੱਗੇ ਹੋਏ ਨੇ 48 ਰੈਕ ਕੋਲਾ ਪੁੱਜ ਰਿਹਾ ਪੰਜਾਬ ਸੂਤਰਾਂ ਦੇ ਮੁਤਾਬਕ ਅਗਲੇ 2-3 ਦਿਨਾਂ ਦੇ ਵਿੱਚ 48 ਰੈਕ ਕੋਲਾ ਪੰਜਾਬ ਪਹੁੰਚ ਰਿਹਾ ਹੈ ਇਸ ਵਿੱਚੋਂ 4 ਰੈਕ ਰਾਜਪੁਰਾ 8 ਤਲਵੰਡੀ ਸਾਬੋ ਤੇ 2 ਜੀਵੀਕੇ ਨੂਰੋਜਾਨਾ ਦੇ ਆਧਾਰ ਤੇ ਮਿਲਣਗੇ 2 ਰੈਕ ਆ ਜਿਹੜੇ ਉਹ ਲੈਰਾ ਮੁਹੱਬਤ ਨੂੰ ਮਿਲਣ ਦੇ ਅਸਾਰ ਹਨ ਧੰਨਵਾਦ